ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਂ। ਜੀ ਹਾਂ, ਪੁਲਿਸ ਦਾ ਵੀ ਖੌਫ ਨਹੀਂ ਰਿਹਾ ਲੋਕਾਂ ਵਿੱਚ। ਕੈਫੇ ਦੇ ਮਾਲਕਾਂ ਤੇ ਤੇਜ਼ ਹਥਿਆਰ ਨਾਲ ਕੀਤਾ ਗਿਆ ਹਮਲਾ। ਇੱਕੋ ਦਮ ਬਦਲਿਆ ਕੈਫੇ ਦਾ ਮਾਹੌਲ। ਲੋਕਾਂ ਤੇ ਕੰਮ ਕਰਨ ਵਾਲੇ ਕੈਫੇ ਵਿੱਚ ਸਭ ਹੋ ਗਏ ਇੱਕੋ ਦਮ ਹੈਰਾਨ। ਮਾਮਲਾ ਸਾਹਮਣੇ ਆਇਆ ਹੈ ਮਜੀਠਾ ਵਿਖੇ ਇੱਕ ਕੈਫੇ ਵਿੱਚ। ਜੋਬਨ ਨਾਮ ਦਾ ਇੱਕ ਲੜਕਾ ਕੰਮ ਕਰਦਾ ਸੀ, ਜਿਸ ਦੀਆਂ ਹਰਕਤਾਂ ਕੈਫੇ ਦੇ ਮਾਲਕ ਨੂੰ ਪਸੰਦ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਉਸ ਨੂੰ ਕੈਫੇ ਤੋਂ ਹਟਾ ਦਿੱਤਾ ਤੇ ਉਸ ਤੋਂ ਬਾਅਦ ਉਹ ਲੜਕਾ ਆਪਣੇ 5 ਸਾਥੀਆਂ ਨਾਲ ਆ ਕੇ ਕੈਫੇ ਦੇ ਮਾਲਕਾਂ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਖੂਨੋ ਖੂਨ ਕਰਕੇ ਮੌਕੇ ਤੇ ਫਰਾਰ ਹੋ ਜਾਂਦੇ ਨੇ। ਪੁਲਿਸ ਵੱਲੋਂ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਤੁਹਾਨੂੰ ਸੁਣਾਉਂਦੇ ਹਾਂ ਕਿ ਪੁਲਿਸ ਨੇ ਅੱਗੇ ਸਾਡੇ ਨਾਲ ਕੀ ਜਾਣਕਾਰੀ ਸਾਂਝੀ ਕੀਤੀ। ਗੱਲ ਇਹ ਹੋਈ ਆ, ਮਜੀਠੇ ਜਿੱਥੇ ਲੜਾਈ ਹੋਈ ਸੀ ਉੱਥੇ ਸਾਡਾ ਵੱਡਾ ਬੇਟਾ ਮਤਲਬ ਇਨਵੋਲਵ ਨਹੀਂ ਹੈਗਾ ਸੀ। ਉਹਨਾਂ ਨੂੰ ਪੁਲਿਸ ਜ਼ਬਰਦਸਤੀ ਮਤਲਬ ਲੈ ਗਈ ਸੀ ਚੁੱਕ ਕੇ। ਅਸੀਂ ਪੁੱਛਦੇ ਰਹਿ ਗਏ ਕਿ ਭਾਅ ਜੀ ਕੀ ਗੱਲਬਾਤ ਹੈਗੀ, ਤੁਸੀਂ ਕਿਹੜੀ ਗੱਲੋਂ ਖੜਿਆ। ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ। 4-5 ਦਿਨ ਹੋ ਗਏ ਉਹਨਾਂ ਨੇ ਉਹਨੂੰ ਉੱਥੇ ਅੰਦਰ ਹੀ ਰੱਖਿਆ ਸੀ। ਅਸੀਂ ਪੁੱਛਿਆ ਤਾਂ ਸਾਨੂੰ ਮਤਲਬ ਉਹਨਾਂ ਨੇ ਕੁਛ ਵੀ ਨਹੀਂ ਦੱਸਿਆ ਕਿ ਕਿਹੜੀ ਗੱਲੋਂ ਖੜਿਆ, ਕਿਸ ਤਰ੍ਹਾਂ ਨਹੀਂ। ਅਸੀਂ ਕਹਿਣ ਵੀ ਡਿਆ ਕਿ ਉਸ ਲੜਾਈ ਦੇ ਵਿੱਚ ਸਾਡਾ ਵੱਡਾ ਬੇਟਾ ਨਹੀਂ ਹੈਗਾ ਸੀ। ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੇਟਾ ਬਿਲਕੁਲ ਨਿਰਦੋਸ਼ ਆ, ਉਹਨੂੰ ਰਿਹਾਅ ਕੀਤਾ ਜਾਵੇ ਅਤੇ ਜਿਹੜੇ ਮੁਜਰਿਮ ਆ ਉਹ ਫੜੇ ਜਾਣ। ਫਿਰ ਅਸੀਂ ਹਾਈ ਕੋਰਟ ਤੱਕ ਜਾਵਾਂਗੇ, ਜਿੰਨਾ ਸੰਘਰਸ਼ ਹੋਊਗਾ ਅਸੀਂ ਕਰਾਂਗੇ, ਅਸੀਂ ਧਰਨੇ ਵੀ ਲਾਵਾਂਗੇ। ਮਜੀਠੇ ਹੋਈ ਲੜਾਈ, ਉਹਦੇ ਵਿੱਚ ਸਾਡਾ ਵੱਡਾ ਲੜਕਾ ਜਿਹੜਾ ਸੀ ਇਨਵੋਲਵ ਨਹੀਂ ਹੈਗਾ। ਉਸ ਟਾਈਮ ਉਸ ਵੇਲੇ ਘਰ ਸੀ, ਪੁਲਿਸ ਨੇ ਸਾਡੇ ਲੜਕੇ ਨੂੰ ਨਜਾਇਜ਼ ਚੁੱਕਿਆ। ਇਹ ਸਾਨੂੰ ਉਹਨਾਂ ਦੱਸਿਆ ਨਹੀਂ ਕਿਹੜੀ ਗੱਲੋਂ ਚੁੱਕਿਆ। ਅਸੀਂ ਉੱਥੇ ਗਏ ਵੀ ਉਹਨਾਂ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ। ਅਸੀਂ ਉਹਨਾਂ ਗਾੜੀ ਬੜੀ ਬੇਨਤੀ ਕੀਤੀ ਕਿ ਸਾਨੂੰ ਦੱਸੋ ਵੀ ਸਾਡਾ ਬੱਚਾ ਕਿਹੜੀ ਗੱਲੋਂ ਚੁੱਕਿਆ ਗਿਆ। ਬੱਚੇ ਸਾਡੇ ਨਾਲ ਸਾਗਰਜੀਤ ਸਿੰਘ, ਉਮਰ 19 ਸਾਲ। ਸਾਡਾ ਬੱਚਾ ਉਸ ਵੇਲੇ ਗਹਿਰੀ ਮੰਡੀ ਸਾਡੇ ਘਰ ਦੇ ਵਿੱਚ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਸੀ। ਉਹਦੇ ਕੋਲ ਸਾਡੇ ਕੋਲ ਸਾਰੇ ਕੈਮਰੇ ਦੇ ਵਿੱਚ ਸਭ ਕੁਛ ਵੀਡੀਓ ਹੈਗੀ। ਬਾਅਦ ਹੋਈ 13 ਤਰੀਕ ਦੀ ਰਾਤ 9:15 ਵਜੇ, ਉਸ ਵੇਲੇ ਬੱਚਾ ਸਾਡਾ ਘਰ ਹੈ। ਹਾਂਜੀ, ਸਾਡੇ ਕੋਲ ਸਭ ਵੀਡੀਓ ਹੈਗੀਆਂ ਕੈਮਰੇ ਦੀਆਂ, ਅਸੀਂ ਸਭ ਕੈਮਰੇ 'ਚ ਕਢਵਾਇਆ ਆਇਆ ਕਿ ਉਸ ਟਾਈਮ ਸਾਡਾ ਬੱਚਾ ਪਿੰਡ ਦੇ ਵਿੱਚ ਬਾਜ਼ਾਰ ਦੇ ਵਿੱਚ ਸੀ, ਘੁੰਮ ਰਿਹਾ ਸੀ। ਉਹਨੂੰ ਸਾਨੂੰ ਉਹਨਾਂ ਦੱਸਿਆ ਨਹੀਂ ਵੀ ਤੁਹਾਡਾ ਬੱਚਾ ਕਿਹੜੇ ਚੱਕਰ ਦੇ ਵਿੱਚ ਅਸੀਂ ਫੜਿਆ ਹਨ, ਉਹਨੂੰ ਤਾਂ ਦੱਸਣ ਸਹੀ ਮੈਨੂੰ ਹੁਣ ਕਿਹੜੇ ਚੱਕਰ 'ਤੇ ਫੜਿਆ। ਅਸੀਂ ਮੰਗ ਕਰਦੇ ਹਾਂ ਕਿ ਸਾਡਾ ਬੱਚਾ ਜਿਹੜਾ ਸਾਗਰਜੀਤ ਸਿੰਘ ਬਿਲਕੁਲ ਨਿਰਦੋਸ਼ ਆ ਅਤੇ ਉਹਨੂੰ ਮਤਲਬ ਰਿਹਾਅ ਕੀਤਾ ਜਾਵੇ, ਜਿਹੜੇ ਦੋਸ਼ੀ ਮੁਜਰਿਮ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੈਂ ਜੀ ਫੈਕਟਰੀ ਦੇ ਵਿੱਚ ਕੰਮ ਕਰਦਾ, ਬੇਟਾ ਸਾਡਾ ਇਲੈਕਟ੍ਰੀਕਲ ਦਾ ਕੰਮ ਕਰਦਾ ਹੈ। ਫਿਰ ਜੀ ਅਸੀਂ ਉੱਪਰ ਤੱਕ ਜਿੱਥੋਂ ਤੱਕ ਸਾਡੇ ਕੋਲ ਹੋ ਸਕਿਆ ਅਸੀਂ ਹਾਈ ਕੋਰਟ ਤੱਕ ਵੀ ਜਾ ਸਕਦੇ। ਉਹ ਮੁੰਡਾ ਸੀ ਆਪਣੇ ਕੋਲ ਵਰਕਰ ਕੰਮ ਕਰਦਾ ਸੀ ਜੀ, ਉਹਦਾ ਨਾਮ ਸਾਹਿਲ ਸੀ ਜੀ, ਉਹ ਗਹਿਰੀ ਮੰਡੀ ਦਾ ਸੀ। ਅਤੇ ਉਹ ਮਤਲਬ ਕਿ ਉਹ ਸਹੀ ਬੰਦਾ ਨਹੀਂ ਸੀਗਾ, ਮਤਲਬ ਗਲਤ ਬੰਦੇ ਨਾਲ ਉਹਦੀ ਬਹਿਣੀ ਉੱਠਣੀ ਸੀਗੀ, ਅਤੇ ਇਸ ਕਰਕੇ ਜੀ ਉਹਨੂੰ ਹਟਾ ਤਾ ਸੀ। ਉਹਨੂੰ ਕਿਹਾ ਵੀ ਨਹੀਂ ਤਾਂ ਰੱਖਣਾ ਨਹੀਂ, ਕਿਤੇ ਨੂੰ ਹਟਾ ਤਾ ਸੀ ਉਹਨੂੰ ਅਸੀਂ। ਅਤੇ 4-5 ਦਿਨਾਂ ਬਾਅਦ ਮਤਲਬ ਕਿ ਉਹ ਬੰਦੇ ਬੁੰਦੇ ਲੈ ਕੇ ਆਇਆ ਅਤੇ ਇਹ ਵਾਰਦਾਤ ਕਰ ਗਏ। ਹੋਰ ਦੁਸ਼ਮਣੀ ਹੈ ਨਹੀਂ ਸੀ ਉਹਦੇ ਨਾਲ ਕੋਈ, ਬਸ ਇਹੀ ਸੀ ਸਾਨੂੰ ਸਹੀ ਨਹੀਂ ਲੱਗਿਆ, ਇਸ ਕਰਕੇ ਅਸੀਂ ਉਹਨੂੰ ਕੱਢਤਾ ਸੀਗਾ ਅਤੇ ਉਹ ਬਾਅਦ 'ਚ ਆ ਗਏ ਅਤੇ ਵਾਰਦਾਤ ਕਰ ਗਏ। ਨਹੀਂ ਨਹੀਂ ਆਪਣਾ ਉਹ ਤੋਂ ਸਗੋਂ ਪੈਸੇ ਆਪਾਂ ਤੋਂ ਲੈਣੇ ਸੀਗੇ ਜੀ, ਆਪਾਂ ਤੋਂ ਪੈਸੇ ਲੈਣੇ ਸੀਗੇ ਅਤੇ ਉਹ ਵੀ ਕੋਈ ਗੱਲ ਨਹੀਂ ਸੀ ਜਿਹੜੀ, ਉਹ ਗੱਲ ਹੋਈ ਨਹੀਂ ਗੀ, ਬਸ ਸਿੱਧਾ ਮੁੰਡੇ ਮਾਂਡੇ ਲੈ ਕੇ ਆਇਆ ਆਪਦੇ ਅਤੇ ਸੱਟਾਂ ਸੁੱਟਾਈਆਂ ਲਾ ਗਿਆ। ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਇਹ ਆ ਕਿ ਇਹ ਸਾਡੇ ਗਹਿਰੀ ਮੰਡੀ ਤੋਂ ਆ ਸਰਬਜੀਤ ਸਿੰਘ, ਇਹਨਾਂ ਦਾ ਬੇਟਾ ਜਿਹੜਾ ਵਾ ਉਹ ਸਾਗਰਜੀਤ ਸਿੰਘ ਜਿਹੜਾ ਸੀ ਉਹ ਮਜੀਠਾ ਪੁਲਿਸ ਵੱਲੋਂ ਉਹਨੂੰ ਜਿਹੜਾ ਵਾ ਘਰੋਂ ਦਿਨ ਮੰਗਲਵਾਰ ਤਰੀਕ ਕਿਹੜੀ ਸੀ 14 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਿਹੜਾ ਵਾ ਉਹ ਘਰ ਤੋਂ ਜਿਹੜਾ ਵਾ ਲੈ ਉਠਾ ਕੇ ਲੈ ਗਏ ਅਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਭੱਜ ਨੱਠ ਕੀਤੀ, ਜਦੋਂ ਇਹਨਾਂ ਨੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਕੋਈ ਹੰਗਰੀ ਫੂਡ ਪੁਆਇੰਟ ਮਜੀਠੇ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਅਤੇ ਉਸ ਦੇ ਵਿੱਚ ਇਨਵੋਲਵਡ ਹੈ। ਅਤੇ ਜਦੋਂ ਅਸੀਂ ਉਸ ਬਾਰੇ ਜਦੋਂ SHO ਸਾਹਿਬ ਨਾਲ ਗੱਲ ਕੀਤੀ ਤਾਂ SHO ਸਾਹਿਬ ਨੇ ਸਾਨੂੰ ਕਿਹਾ ਕਿ ਇਹ ਮੁੰਡਾ ਵਿੱਚ ਇਨਵੋਲਵਡ ਹੈ, ਇਹਨੂੰ ਤੁਸੀਂ ਜਿਹੜਾ ਵਾ ਉਹ ਤੁਹਾਨੂੰ ਅਸੀਂ ਛੱਡ ਨਹੀਂ ਸਕਦੇ। ਹਾਲਾਂਕਿ ਸਾਡੇ ਕੋਲ ਪੁਖਤਾ ਅਤੇ
ਬਿਲਕੁਲ ਠੋਸ ਸਬੂਤਾਂ ਦੇ ਬਿਨਾਂ 'ਤੇ ਸਾਡਾ ਜਿਹੜਾ ਉਹ ਸਾਗਰਜੀਤ ਸਿੰਘ ਲੜਕਾ ਸੀ ਉਹ ਤਿੰਨਾਂ ਕੈਮਰਿਆਂ ਦੇ ਵਿੱਚ 8:12, 8:20 ਦੀ ਵੀਡੀਓ ਕਲਿੱਪ 'ਚ ਔਰ 9:25 ਦੀ ਵੀਡੀਓ ਕਲਿੱਪ ਦੇ ਵਿੱਚ ਗਹਿਰੀ ਮੰਡੀ ਮੌਜੂਦ ਸੀ। ਜਿਹੜੀਆਂ ਫੋਟੋ ਜਿਸ ਦੀਆਂ ਜਿਹੜੀਆਂ ਪੈਨ ਡਰਾਈਵਾਂ ਜਾਂ ਉਹਦੀਆਂ ਵੀਡੀਓ ਕਲਿੱਪ ਉਹ ਜਿਹੜੇ ਆ ਤੁਹਾਡੇ ਮੀਡੀਆ ਦੇ ਜਿਹੜੇ ਜਿਹੜਾ ਵਾ ਉਹ ਮੋਬਾਈਲ ਦੇ ਵਿੱਚ ਮੈਂ ਸੈਂਡ ਕਰ ਦੂੰਗਾ, ਜਿਹਦੇ ਬਿਲਕੁਲ ਸਾਫ਼ ਅਤੇ ਸਪਸ਼ਟ ਟਾਈਮਿੰਗ ਵੀ ਆ ਰਹੀ ਆ ਅਤੇ ਮੁੰਡਾ ਵਿੱਚ ਕੈਮਰੇ ਦੇ ਵਿੱਚ ਆਲਰੇਡੀ ਹੈਗਾ ਵਾ। ਔਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮੁੰਡਾ ਕਿਸ ਚੱਕਰ ਦੇ ਵਿੱਚ ਫੜਿਆ ਵਾ ਜਾਂ ਉਹ ਕਿਹੜੀ ਜਗ੍ਹਾ ਵਾ। ਸਾਨੂੰ ਤਾਂ ਹੁਣ ਇਹ ਵੀ ਪਤਾ ਲੱਗਾ ਕਿ ਪਿੱਛੇ ਜੇ ਵੀ ਉਹਨੂੰ ਜਿਹੜਾ ਵਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ। ਪਰ ਅਸੀਂ ਇਸ ਚੀਜ਼ ਦੀ ਪੁਰਜ਼ੋਰ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ। ਔਰ ਵੇਖੋ ਜਦੋਂ ਜਿਹੜਾ ਬੰਦਾ ਦੋਸ਼ੀ ਆ ਅਸੀਂ ਉਸ ਚੀਜ਼ ਦੇ ਵਿੱਚ ਤਾਂ 1% ਵੀ ਜਿਹੜਾ ਵਾ ਰੁਕਾਵਟ ਨਹੀਂ ਬਣਨਾ ਚਾਹੁੰਦੇ, ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 1% ਰੁਕਾਵਟ ਨਹੀਂ ਬਣਨਾ ਚਾਹੁੰਦੇ। ਇਹਦੇ 'ਚ ਜੀ ਉਹਨਾਂ ਦੇ ਹੰਗਰੀ ਫੂਡ ਪੁਆਇੰਟ ਦੇ ਉੱਤੇ ਹੀ ਇੱਕ ਮੁੰਡਾ ਗਹਿਰੀ ਮੰਡੀ ਦਾ ਜਿਹੜਾ ਉਹ ਜੋਬ ਕਰਦਾ ਸੀਗਾ ਅਤੇ ਉਹਦਾ ਕਿਸੇ ਗੱਲੋਂ ਇਹਨਾਂ ਨਾਲ ਕੋਈ ਛੋਟਾ ਮੋਟਾ ਵਿਵਾਦ ਹੋਇਆ, ਉਹਨਾਂ ਨੇ ਇਹਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਅਤੇ ਉਹ ਆਪਣੇ ਨਾਲ ਕੁਛ ਹੋਰ ਆਪਣੇ ਦੋਸਤ ਲੈ ਕੇ ਅਤੇ ਕਿਰਪਾਨਾਂ ਵਗੈਰਾ ਤਿੱਖੇ ਹਥਿਆਰ ਲੈ ਕੇ ਅਤੇ ਉਹਨੇ ਆਣ ਕੇ ਇਹਨਾਂ 'ਤੇ ਹਮਲਾ ਕੀਤਾ ਸੀ ਹੰਗਰੀ ਫੂਡ ਦੇ ਅੰਦਰ। ਅਤੇ ਹੰਗਰੀ ਫੂਡ ਦੇ ਜਿਹੜੇ ਮਾਲਕ ਸੀ ਦੋ ਜਣੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨੇ ਕ੍ਰਿਊਸ਼ਲ ਢੰਗ ਦੇ ਨਾਲ ਵੱਢ ਫੱਟ ਕੀਤੀ ਸੀ, ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਕੱਟਿਆ ਸੀਗਾ। ਉਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਵਾ FIR ਲੌਂਚ ਕਰਕੇ ਅਤੇ ਜਿਹੜਾ ਇੱਕ ਵਿਅਕਤੀ ਜਿਹੜਾ ਰੈਕੀ ਨਾਲ ਕਰਾਉਂਦਾ ਰਿਹਾ ਵਾ ਉਹਨੂੰ ਅਸੀਂ ਅਰੈਸਟ ਕਰ ਲਿਆ ਵਾ। ਮੋਟਰਸਾਈਕਲ ਵੀ ਪਲਸਰ ਬਰਾਮਦ ਕਰ ਲਿਆ ਜਿਹਦੇ 'ਤੇ ਉਹ ਉਸ ਦਿਨ ਵਾਰਦਾਤ ਕਰਨ ਆਏ ਸੀ। ਅਤੇ ਜਿਹੜੇ ਦੂਜੇ ਆ ਉਹਨਾਂ ਦਾ ਕਾਫੀ ਕ੍ਰਿਮੀਨਲ ਰਿਕਾਰਡ ਮਾੜਾ ਵਾ, ਉਹ ਉਸ ਦਿਨ ਤੋਂ ਹੀ ਭਗੌੜੇ ਆ, ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ। ਸਾਡੇ ASI ਹਰਜੀਤ ਸਿੰਘ ਜਿਹੜੇ ਆ ਇਸ ਮੁਕੱਦਮਾ ਦੀ ਤਫਤੀਸ਼ ਕਰ ਰਹੇ ਆ ਅਤੇ ਉਹਨਾਂ ਨੂੰ ਮੈਂ ਸਖ਼ਤ ਹਦਾਇਤ ਦਿੱਤੀ ਆ ਕਿ ਜਿਹੜਾ ਵੀ ਇਹਦੇ ਵਿੱਚ ਅਸਲ ਦੋਸ਼ੀ ਆ ਉਹਦੀ ਡੂੰਘਾਈ ਨਾਲ ਜਾਂਚ ਕਰਕੇ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਨਜਾਇਜ਼ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ।